तरन तारण के गांव कक्का कंडियाला में एक अज्ञात युवक को कुछ लोगों द्वारा मारपीट कर जिंदा जला देने का मामला प्रकाश में आया है। घटना की सूचना मिलते ही सिटी पुलिस ने मौके पर पहुंचकर युवक की लाश को कब्जे में लेकर हत्या का मामला दर्ज कर लिया है। इस संबंध में जानकारी देते हुए थाना सिटी के बस स्टैंड चौकी इंचार्ज संजीवन सिंह ने बताया कि युवक का शव देखने से पता चलता है कि मृतक से पहले मारपीट की गई है, जिसके बाद उसे बैग में बंद कर जिंदा जला दिया गया। घटना के कारणों का अभी पता नहीं चल पाया है, इसलिए फिलहाल पुलिस ने अज्ञात लोगों के खिलाफ हत्या का मामला दर्ज कर आगे की कार्रवाई शुरू कर दी है और मृतक युवक की पहचान की जा रही है। ਦੇ ਬੰਦੇ ਨੇ ਤਲਾਹ ਦਿੱਤੀ ਆਣ ਕੇ ਜੋ ਅਸੀਂ ਵੇਖਿਆ ਬੰਦਾ ਸੜਿਆ ਪਿਆ ਇੱਥੇ ਜੀ। ਹਾਂਜੀ, ਕੀ ਲੱਗਦਾ ਤੁਹਾਨੂੰ, ਕਤਲ ਕੀਤਾ ਲੱਗਦਾ ਕਿਤੇ? ਨਹੀਂ, ਕਤਲ ਨਹੀਂ ਕੀਤਾ, ਜੋ ਵੀ ਅਸੀਂ ਤਾਂ ਸੜਿਆ ਹੀ ਵੇਖਿਆ ਵਾ, ਮਤਲਬ ਅਸੀਂ। ਹਾਂਜੀ, ਕਤਲ ਦੀ ਇਹ ਤਾਂ ਇਹ ਲੱਭੀ ਜਾਂਦਾ ਕਤਲ ਕਿਸੇ ਨੇ ਕਿਸ ਤਰ੍ਹਾਂ ਕੀਤਾ ਵਾ, ਇਹ ਤਾਂ ਜਿਹਨੇ ਵੇਖਿਆ ਮਰਿਆ ਬੰਦਾ ਹੀ ਵੇਖਿਆ ਇੱਥੇ ਆ ਕੇ। ਕੀ ਲੱਗਦਾ ਜਿਵੇਂ ਉਲਟੀ ਗਲਟੀ ਕੀਤੀ ਲੱਗਦੀ ਆ? ਉਲਟੀ ਇਹ ਤਾਂ ਲੱਭੀ ਜਾਂਦਾ ਉਲਟੀ ਕਿਸ ਤਰ੍ਹਾਂ ਵਾ, ਇਹ ਜਾਂ ਤਾਂ ਜਿੰਦਾ ਥੋੜ੍ਹਾ ਵੇਖਿਆ ਜਾਂ ਮਾਰਦਾ ਥੋੜ੍ਹਾ ਵੇਖਿਆ ਕਿਸੇ ਨੇ। ਵੀ ਜਿੱਦਾਂ ਰਾਤ ਨੂੰ ਕੋਈ ਬੰਦਾ ਲਿਆ ਕੇ ਕਿਸੇ ਨੇ ਕਿਸੇ ਵਹੀਕਲ ਦੇ ਵਿੱਚ ਲੱਦ ਕੇ ਅਤੇ ਇੱਥੇ ਲਿਆ ਕੇ ਸੁੱਟਤਾ ਬੈਗ ਦੇ ਵਿੱਚ ਬੰਦ ਕਰਕੇ, ਇੱਥੇ ਲਿਆ ਕੇ ਉੱਤੇ ਪੈਟਰੋਲ ਵਗੈਰਾ ਛਿੜ ਕੇ ਇਹਨੂੰ ਅੱਗ ਲਾਤੀ ਆ, ਅਤੇ ਇਹਦੀ ਡੈੱਡ ਬੋਡੀ ਜਿਹੜੀ ਆ ਅੱਧ ਸੜੀ ਹਾਲਤ 'ਚ ਪਈ ਆ। ਇਹਦੇ ਬਾਰੇ ਪਰਚਾ ਦਰਜ ਕਰਦੇ ਹਾਂ ਜੀ, ਕਤਲ ਦਾ ਪਰਚਾ ਦਰਜ ਕਰਕੇ ਕਾਰਵਾਈ ਅਗਲੀ ਦੋਸ਼ੀਆਂ ਦੀ ਭਾਲ ਕੀਤੀ ਜਾਊਗੀ ਜੀ। ਇਹ ਤੋਂ ਜਿਹੜੇ ਸਰਕਮਸਟਾਂਸਿਸ ਨੇ ਇਹਨਾਂ ਤੋਂ ਤਾਂ ਇਹ ਲੱਗ ਰਿਹਾ ਵੀ ਬੰਦੇ ਦੇ ਸਿਰ ਦੇ ਵਿੱਚ ਸੱਟ ਸੀ, ਤਾਂ ਜਦੋਂ ਬੰਦੇ ਨੂੰ ਅੱਗ ਲਾਈ ਤਾਂ ਉਹਨੇ ਉਲਟੀ ਕੀਤੀ ਆ। ਉਲਟੀ ਕੀਤੀ ਆ, ਇਹਦਾ ਮਤਲਬ ਇਹ ਤੋਂ ਤਾਂ ਜਾਪਦਾ ਵੀ ਇਹ ਬੰਦਾ ਜਿਉਂਦਾ ਸੀ ਜਿਹੜੇ ਇਹਨੂੰ ਸਾੜਨ ਦੀ ਕੋਸ਼ਿਸ਼ ਕੀਤੀ ਹੈ ਜੀ।